ਹਾਂਜੀ, ਇਹਨਾਂ ਨੂੰ ਐਕਚੁਅਲੀ ਮਲਟੀਪਲ ਪ੍ਰੋਬਲਮ ਸੀਗੀਆਂ ਜੀ। ਇਹਨਾਂ ਨੂੰ ਡਾਇਬਟੀਜ਼ ਹੈ ਕਾਫੀ ਪੁਰਾਣੀ, ਡਾਇਬਟੀਜ਼ ਦੇ ਕਰਕੇ ਇਹਨਾਂ ਨੂੰ ਕਿਡਨੀ ਫੇਲੀਅਰ ਹੋ ਗਿਆ ਸੀ ਅਤੇ ਕਾਫੀ ਮਹੀਨਿਆਂ ਤੋਂ ਇਹ ਐਂਡ ਸਟੇਜ ਰੀਨਲ ਫੇਲੀਅਰ ਸੀਗੇ। ਇਹਨਾਂ ਨੂੰ ਡਾਇਲਿਸਿਸ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਇੱਥੇ ਰੈਗੂਲਰ, ਔਰ ਟਰਾਂਸਪਲਾਂਟ ਲਿਸਟ 'ਤੇ ਵੀ ਸੀਗੇ। ਟਰਾਂਸਪਲਾਂਟ ਦੀ ਕੋਸ਼ਿਸ਼ ਵੀ ਕਰ ਰਹੇ ਸੀ ਪਰ ਹਜੇ ਤੱਕ ਇਹਨਾਂ ਦੀ ਟਰਾਂਸਪਲਾਂਟ ਦੀ ਕਲੀਅਰੈਂਸ ਨਹੀਂ ਸੀ ਹੋ ਸਕੀ, ਇਸ ਕਰਕੇ ਰੈਗੂਲਰ ਟਵਾਈਸ ਏ ਵੀਕ ਡਾਇਲਿਸਿਸ 'ਤੇ ਸੀਗੇ। ਨਾਲ ਦਿਲ ਦਾ ਪੰਪ ਵੀ ਕਮਜ਼ੋਰ ਸੀ, ਨਾਲ ਇਹਨਾਂ ਦੀਆਂ ਜਿਹੜੀਆਂ ਬਲੱਡ ਵੈਸਲਸ ਹੈਗੀਆਂ ਲੱਤਾਂ ਬਾਹਾਂ ਦੀਆਂ, ਉਹਨਾਂ ਦੇ ਵਿੱਚ ਵੀ ਕਾਫੀ ਬਿਮਾਰੀ ਸੀ। ਇਨਫੈਕਟ ਜਦੇ ਐਤਕੀ ਆਏ ਹੈਗੇ, ਐਤਕੀ ਇਹਨਾਂ ਦੇ ਪੈਰ ਦੇ ਵਿੱਚ ਵੀ ਕਾਫੀ ਇਨਫੈਕਸ਼ਨ ਸੀਗੀ ਡਾਇਬਟੀਜ਼ ਕਰਕੇ, ਨਸਾਂ ਦੇ ਬਲੋਕੇਜ ਆਉਣ ਕਰਕੇ। ਪਿਛਲੇ ਇਨਫੈਕਟ 3-4 ਮਹੀਨਿਆਂ ਦੇ ਵਿੱਚ ਇਹਨਾਂ ਦੀ ਤੀਸਰੀ ਐਡਮਿਸ਼ਨ ਸੀ। ਪਹਿਲਾਂ ਵੀ 2 ਵਾਰ ਦਸੰਬਰ ਦੇ ਵਿੱਚ ਔਰ ਜਨਵਰੀ ਦੇ ਵਿੱਚ ਕਾਫੀ ਸੀਰੀਅਸ ਹਾਲਤ ਦੇ ਵਿੱਚ ਦਾਖਲ ਹੋਏ, ਕਿਸੇ ਤਰ੍ਹਾਂ ਅਸੀਂ ਸਟੇਬਲਾਈਜ਼ ਕਰਕੇ ਭੇਜਿਆ, ਕੋਸ਼ਿਸ਼ ਕੀਤੀ ਕਿ ਇਹ ਫਿੱਟ ਹੋ ਜਾਣ ਟਰਾਂਸਪਲਾਂਟ ਵਾਸਤੇ, ਪਰ ਟਰਾਂਸਪਲਾਂਟ ਦੀ ਕਲੀਅਰੈਂਸ ਨਹੀਂ ਹੋਈ ਔਰ ਬਾਰ ਬਾਰ ਇਹ ਇਨਫੈਕਸ਼ਨ ਦੇ ਨਾਲ ਰੀਨਲ ਫੇਲੀਅਰ ਦੀ ਕੰਪਲੀਕੇਸ਼ਨਸ ਦੇ ਨਾਲ ਦਾਖਲ ਹੁੰਦੇ ਰਹੇ। ਐਤਕੀ ਵੀ 26 ਫਰਵਰੀ ਤੋਂ ਦਾਖਲ ਸੀ। ਅਸੀਂ ਕਾਫੀ, ਸਾਡੀ ਪੂਰੀ ਟੀਮ ਨੇ ਮਿਹਨਤ ਕੀਤੀ ਹੈ। ਡਾਕਟਰ ਮੁਕੇਸ਼ ਗੋਇਲ ਨੈਫਰੋਲੋਜਿਸਟ ਹੈਗੇ ਜਿਨ੍ਹਾਂ ਦੇ ਅੰਡਰ ਇਹ ਦਾਖਲ ਸੀ, ਇੰਟੈਂਸਿਵ ਕੇਅਰ ਵਾਲੇ ਡਾਕਟਰ ਵਰੁਣ ਹੈਗੇ, ਇਹ ਸਭ ਲੋਕ ਕੋਸ਼ਿਸ਼ ਪੂਰੀ ਕਰ ਰਹੇ ਸੀ, ਪਰ ਇਸ ਵਾਰੀ ਪਿਛਲੇ 2 ਦਿਨਾਂ ਦੇ ਵਿੱਚ ਜ਼ਿਆਦਾ ਸੀਰੀਅਸ ਹਾਲਤ ਹੋ ਗਈ। ਵੈਂਟੀਲੇਟਰ 'ਤੇ ਪਾਉਣਾ ਪੈ ਗਿਆ, ਬਾਰ ਬਾਰ ਉਹਨਾਂ ਦੀ ਹਾਰਟ ਬੀਟਿੰਗ ਇਰੈਗੂਲਰ ਹੋ ਰਹੀ ਸੀ, ਸ਼ੌਕ ਵਗੈਰਾ ਦੇਣਾ ਪਿਆ, ਇਨਫੈਕਸ਼ਨ ਦੁਬਾਰਾ ਫਲੇਅਰ ਅਪ ਕਰ ਰਹੀ ਸੀ, ਅਤੇ ਡਿਸਪਾਈਟ ਆਰ ਬੈਸਟ ਐਫਰਟਸ ਵੀ ਲੋਸਟ ਅਨਫੋਰਚੁਨੇਟਲੀ। ਕੋਈ ਨਹੀਂ, ਸੰਦੀਪ ਜੀ ਆਪ ਪਹਿਲੇ ਸੇ ਯਹਾਂ ਥੇ ਯਾ ਜਬ ਡੈਥ ਹੋਈ ਉਸਕੇ ਬਾਅਦ ਯਹਾਂ ਪਰ ਪਹੁੰਚੇ? ਨਹੀਂ ਨਹੀਂ, ਮੈਂ ਪਹਿਲੇ ਸੇ ਯਹਾਂ ਪੇ। ਅੱਛਾ, ਕਿਸ ਤਰ੍ਹਾਂ ਕੀ ਕੰਡੀਸ਼ਨ ਥੀ, ਕਿਆ ਬਤਾ ਰਹੇ ਥੇ ਡਾਕਟਰ? ਐਸੇ ਕਿ ਇਨਕਾ 3-4 ਮਹੀਨੇ ਸੇ ਐਸੀ ਕਿਡਨੀ ਕੀ ਪ੍ਰੋਬਲਮ ਥੀ ਇਨਕੋ, ਤੋ ਮੈਡੀਸਿਨ ਚੱਲ ਰਹੀ ਥੀ ਇਨਕੀ ਸਪੋਟਿਸ ਪੇ। ਹਾਂਜੀ ਹਾਂਜੀ, ਐਸੇ ਕਿ ਬਾਅਦ ਮੇ ਇਨਕੋ ਜ਼ਿਆਦਾ ਪ੍ਰੋਬਲਮ ਆ ਗਈ, ਇਨਫੈਕਸ਼ਨ ਹੋ ਗਈ ਇਨਕੇ, ਕਾਫੀ TLC ਕਾਫੀ ਬਣਨੇ ਲਗੀ ਇਨਕੀ, ਤੋ 8-10 ਦਿਨ ਸੇ ਜੇ ਸਪੋਟਿਸ ਮੇ ਐਡਮਿਟ ਥੇ, ਤੋ ਅਚਾਨਕ ਹੀ ਕੱਲ ਇਨਕੋ ਹਾਰਟ ਅਟੈਕ ਹੋ ਗਿਆ ਜੀ। ਜੀ, ਤੋ ਆਪ ਕਹਾਂ ਰਹਤੇ ਹੋ? ਆਪ ਦੇਸ਼ ਮੇ ਰਹਤੇ ਹੋ? ਹਾਂ, ਆਪਣੇ ਦੇਸ਼ ਮੇ। ਅੱਛਾ ਜੀ, ਤੋ ਵਹਾਂ ਪਰ ਜਬ ਪਿਆਰੇ ਲਾਲ ਕੀ ਜਾਂ ਬਡਾਲੀ ਬ੍ਰਦਰਸ ਕੀ ਬਾਤੇਂ ਚਲਤੀ ਹੈ, ਤੋ ਆਪਕੋ ਕੈਸਾ ਮਹਿਸੂਸ ਹੋਤਾ ਥਾ ਵਹਾਂ ਪਰ? ਬਹੁਤ ਬੜੇ, ਸਭੀ ਲੋਕ ਐਸੇ ਗਏ, ਬਹੁਤ ਬੜੇ ਗਾਇਕ ਹੈ ਜੀ ਬਡਾਲੀ, ਪਦਮਸ਼੍ਰੀ ਹੈ ਐਸੇ ਜੀ, ਬਹੁਤ ਸਨਮਾਨ ਕਰਦੇ ਹੈ। ਅਬ ਜਬ ਕਿ ਕਭੀ ਨਾ ਪੂਰਾ ਹੋਣੇ ਵਾਲਾ ਘਾਟਾ ਜੋ ਹੈ ਵੋ ਇਸ ਪਰਿਵਾਰ ਕੋ ਪੜਾ ਹੈ, ਤੋ ਇਹ ਜੋੜੀ ਜੋ ਥੀ ਸਟੇਜ ਪੇ ਜਾਤੀ ਥੀ, ਮੰਚ ਪੇ ਜਾਤੀ ਥੀ, ਅਬ ਇੱਕ ਜੋੜੀ ਟੂਟ ਗਈ, ਉਸਕੋ ਦੇਖਣਾ ਆਪਕੋ ਕੈਸਾ ਲੱਗ ਰਹਾ ਹੈ? ਆਪਕੇ ਸਾਹਮਣੇ ਐਸਾ ਹੀ ਹੈ, तो सभी को मालूम है जोड़ी जो जोड़ी थी उनकी वही है। क्या कहना चाहेंगे आप, आपके परिवार में और भी कोई गायकी में हैं लोग जो प्यारे लाल की विरासत को आगे बढ़ा सके? जी, मेरे बड़े ब्रदर हैं जी सतपाल जी, वो डैड के साथ ही जाते थे उनके साथ शो पे। कोई खास याद आपके ध्यान में हो, आपके दिमाग में हो, उनकी कोई बात खास जो आप हमारे दर्शकों के साथ शेयर करना चाहते हैं? यही कि वो कहते हैं हर वजह अच्छा काम करो, किसी का बुरा मत करो, यही आगे करते थे।